ਮੈਨੂੰ ਤਾਂ ਕੁਛ ਵੀ ਨਹੀਂ ਹੈਗਾ, ਡਾਕਟਰ ਸਾਹਿਬ ਚੈੱਕ ਮੈਨੂੰ ਕਰਨਾ, ਆਪਣੇ ਆਪ ਨੂੰ ਨਹੀਂ ਕਰਨਾ। ਅੱਛਾ ਰੁਕ ਜਾ। ਡਾਕਟਰ ਸਾਹਿਬ ਕੰਨਾਂ 'ਚ ਟੂਟੀਆਂ ਤਾਂ ਲਾ ਲਓ। ਸਭ ਕੁਛ ਤਾਂ ਸਹੀ ਹੈ, ਪੀੜ ਕਿੱਥੇ ਹੋਣੀ ਹੋਏ ਪੇਟ 'ਚ। ਅੱਛਾ ਜੀ, ਕੀ ਖਾਧਾ ਸੀ? ਆਵਾਮ ਦਾ ਮਾਲ। ਜਾਂ ਤਾਂ ਹੁਣ ਮਾਲ ਕੱਢ ਜਾਂ ਜਾਨ ਕੱਢ ਆਪਣੀ। ਚੱਲ ਫਿਰ ਮੈਂ ਤੂੰ ਦਵਾਈ ਲਿਖ ਕੇ ਦੇਣਾ, 2 ਸ਼ਰਮ ਦੀਆਂ ਗੋਲੀਆਂ ਅਤੇ 1000 ਦਾ ਸਿਰਪ, ਸੁਬਹਾ ਦੁਪਹਿਰ ਸ਼ਾਮ। ਚੱਲ ਮੇਰਾ ਵੀ ਡਿਗਰੀ ਹੈਗੀ ਨਾ ਨੌਕਰੀ ਤੇ ਨਾ ਰੋਟੀ, ਮੈਂ ਤਾਂ ਕੀ ਕਰਾਂ? ਸੁੱਟ ਦੇ
ਨਹੀਂ ਯਾਰ ਕੁਛ ਤੇ ਕਰੋ ਨਾ ਨੌਕਰੀ ਕਰੋ ਟੀਮੀ ਦੀ ਹੋਈ ਨਹੀਂ ਤੇ ਫਿਰ ਸੁੱਟ ਤੂੰ ਐ ਤਾਂ ਡਿਗਰੀਆਂ ਪਲੇ ਮੈਂ ਚੱਲਾਂ ਕਿਹੜਾ ਲਾ ਪਾਇਆ ਤੁਸੀਂ ਮੈਨੂੰ ਪਤਾ ਨਹੀਂ ਲੱਗਦਾ ਨਹੀਂ ਸਿੱਧੇ ਹੋ ਕੇ ਖਲੋਵੋ ਨਿਕਲੋ ਨਾ ਤੂੰ ਕਿਹੜਾ ਟੀਮ ਮੰਗਣ ਖਲੋਤਾ ਇੱਥੇ ਆ ਥੱਲੇ ਘਰ ਤੂੰ ਕਿਹੜਾ ਲਾ ਪਾਇਆ ਡਿਗਰੀ ਕਿੰਨਾ ਲੋਟੀ ਦੇ ਨਾਲ ਨੌਕਰੀ ਡਿਗਰੀਆਂ ਸੰਭਾਲ ਕਿਹੜਾ ਕੰਮ ਆ ਗਈਆਂ ਡਿਗਰੀ ਕੰਮ ਨਹੀਂ ਕਰਦਾ ਮੈਂ ਸੋਚ ਦਿੱਤੀ ਯਾਰ ਤੈਨੂੰ ਕੀ ਹੈ ਰੋਟੀ ਖਾ ਕੇ ਟੇਡੀ ਅੰਦਰ ਵੜ ਗਈ ਆਪਾਂ ਮੇਰੇ ਕੰਪਿਊਟਰ ਬਣਿਆ ਸੀ ਇੱਧਰ ਤੇਰੀ ਢਿੱਡ ਪੀੜ ਕਿੱਥੇ ਗਈ ਹੈ ਸੈੱਟ ਹੋ ਗਈ ਹੈ ਵੇਖੋ ਲੋਕਾਂ ਦਾ ਮਾਲ ਖਾ ਕੇ ਢਿੱਡੇ ਨਾ ਮਾਲ ਕੱਢੇ ਹੈ ਮੇਰਾ ਵਾਲਾ ਪਹਾੜ ਹੈਗਾ ਕਿਨਾ ਵਾਲਾ ਆ ਥੱਲੇ ਘਰ ਹੈ ਤੂੰ ਮੰਗਣ ਖਲੋਤਾ ਇੱਥੇ ਤੂੰ ਕੀ ਪਾਇਆ ਹੁਣ ਤੁਹਾਡੀ ਆਵਾਜ਼ ਨਾ ਹੋਵੇ ਤੁਹਾਨੂੰ ਮੈਂ ਕਹਿ ਰਿਹਾ ਤੁਸੀਂ ਡਰਾ ਪਾਇਆ ਮੇਰਾ ਵੋਟ ਤੇਰੀ ਰੋਟੀ ਤਾਂ ਨਹੀਂ ਤਾਂ ਨਾ ਆਵੇ ਮੇਰਾ ਕਿਹੜੀ ਚੁੱਪ ਕਰੇ ਜੀ ਵਕਰੀ ਕਾ ਪਾਈ ਇਥੇ ਓਏ ਮੈਨੂੰ ਆਮ ਨਾਲ ਗੱਲ ਕਰ ਲੈਣ ਤੁਹਾਡੀ ਆਵਾਜ਼ ਨਾ ਆਵੇ ਅਸਲਾਮ ਅਲੈਕੁਮ ਆਪ ਇਹ ਦੇਖ ਰਹੇ ਹੈ ਇਹ ਡਾਕਟਰ ਇਹ ਪਾਗਲ ਹੈ ਮੇਰੇ ਇਨਕੋ ਠੀਕ ਕਰਨੇ ਕੇ ਲਈ ਮੈਂ ਡਾਕਟਰ ਆਇਆ ਹਾਂ ਤੁਹਾਡੀ ਬਾਤ ਨਾ ਹੋਵੇ ਤੁਹਾਨੂੰ ਮੈਂ ਕਹਿ ਰਿਹਾ ਚੁੱਪ ਕਰਨਾ ਕਿ ਨਹੀਂ ਇਹ ਉਹ ਲੋਕ ਹੈ ਜਿਨਕਾ ਜਾਇਜ਼ ਹੱਕ ਨਹੀਂ ਮਿਲਦਾ ਨਾ ਇਨਕੋ ਰੋਟੀ ਮਿਲਦੀ ਹੈ ਨਾ ਇਨਕੋ ਪੈਸਾ ਮਿਲਦਾ ਨਾ ਇਨਕੋ ਨੌਕਰੀ ਮਿਲਦੀ ਹੈ ਨਾ ਇਨਕੋ ਡਿਗਰੀ ਮਿਲਦੀ ਹੈ ਨਾ ਇਨਕਾ ਕੋਈ ਹੈ